ਮਾਨੀ ਰਹੀਮ ਅਸਲਾਮੁਅਲੈਕਮ ਜੀ ਕੀ ਹਾਲ ਹੈ ਠੀਕ ਠਾਕ ਹੋ ਮੈਂ ਜੀ ਅੱਜ ਆਪਣੇ ਰਕਬੇ ਆਇਆ ਹੋਇਆ ਸੀ ਖਾਦ ਪਵਾਨ ਤੇ ਮੈਂ ਆਖਿਆ ਯਾਰ ਮੈਂ ਖਾਦ ਪਵਾ ਕੇ ਆਵਾਂ ਲੇਕਿਨ ਮੈਂ ਖਾਦ ਦੀਆਂ ਬੋਰੀਆਂ ਚਕਵਾਨ ਤੋਂ ਪਹਿਲੇ ਵੇਖਿਆ ਯਾਰ ਸੱਪ ਨਜ਼ਰ ਆ ਗਿਆ ਮੈਨੂੰ ਇਹ ਫਾਲਸੇ ਦਾ ਬੂਟਾ ਮੇਰੇ ਉੱਥੇ ਡੇਰੇ ਦੇ ਵਿੱਚ ਫਾਲਸੇ ਦਾ ਬੂਟਾ ਹੈ ਇਹ ਫਾਲਸੇ ਦੇ ਬੂਟੇ ਦੇ ਉੱਤੇ ਚੜ ਰਿਹਾ ਸੀ ਠੀਕ ਹੈ ਇਹ ਫਾਲਸੇ ਦਾ ਬੂਟਾ ਵੀ ਲੱਗੇ ਖੜਾ ਹੈ